अच्छा माता जी सत श्री अकाल। ये जेडे तुहानू तंग परेशान कर रहे हैं लोग, ये क्यों कर रहे हैं? जगह करके कर रहे हैं? जगह करके सन मेरे जींदा जींदा मुक जी। अच्छा, बड़ी परेशान हो ते को गाली गलोच भी कर दे ਗਾਲਾਂ ਤੋਂ ਲੰਘਦੇ ਹੁੰਦੇ ਉਹ ਤੇ ਫਿਰ ਕਰਦਾ ਹੀ ਇੱਥੇ ਦੁੱਖ ਲੋ ਡੰਗਰ ਨਾ ਗੇੜ ਕੀ ਕਹਿੰਦੇ ਆ ਤੁਹਾਨੂੰ? ਬਸ ਇਹੀ ਵੀ ਡੰਗਰ ਨਾ ਗੇੜ ਖੋਲਣਾ ਤੇ ਲੜਾਈ ਝਗੜਾ ਕਰਦਾ ਲੰਘਦਿਆਂ ਨੂੰ ਮਾੜਾ ਚੰਗਾ ਬੋਲਦਾ ਹੀ ਤਾਂ ਗਲੀ ਚੋਂ ਸਹਿਮਤੀ ਨਾ। ਠੀਕ ਆ, ਇਹ ਆਪਾਂ ਅੱਜ ਅਸੀਂ ਪਹੁੰਚੇ ਹਾਂ ਲੌਂਗੋਵਾਲ ਵੱਡਾ ਪਿੰਡ। ਇਹ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਵੱਡੀ ਵਧੀਕੀ ਹੋ ਰਹੀ ਆ। ਇਹ ਪਰਿਵਾਰ ਦੇ ਕੁਝ ਸ਼ਰਾਰਤੀ ਅਨਸਰ ਜਿਹੜੇ ਆ ਉਹ ਇਹਨਾਂ ਨੂੰ ਗਾਲੀ ਗਲੋਚ ਕਰਦੇ ਨੇ ਅਤੇ ਇਹਨਾਂ ਦੇ ਡੰਗਰ ਨਹੀਂ ਬੰਨਣ ਦਿੰਦੇ, ਅਤੇ ਦੂਸਰਾ ਇਹਨਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਆਪਾਂ ਪਿੰਡੋਂ ਵੀ ਕੱਢ ਦੇਣਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਕੋਈ ਸ਼ੂਸ਼ਕ ਸ਼ਬਦ ਵੀ ਬੋਲਦੇ ਨੇ। ਆਓ ਇਹਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ, ਕੁਝ ਜਨਾਨੀਆਂ ਇੱਥੇ ਹੈਗੀਆਂ ਮੌਜੂਦ, ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਤੁਹਾਨੂੰ ਇਹ ਸ਼ਬਦਾਵਲੀ ਵਰਤਦੇ ਨੇ ਅਤੇ ਕੀ ਗਲਤ ਬੋਲਦੇ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਭੈਣ ਜੀ ਇਹ ਜਿਹੜਾ ਝਗੜਾ ਤੁਸੀਂ ਕਹਿ ਰਹੇ ਜੋ, ਕਿਹੜੇ ਮਸਲੇ ਦਾ ਝਗੜਾ ਹੈ? ਇਸੇ ਦਾ ਝਗੜਾ ਜੀ, ਇਸੇ ਜਗ੍ਹਾ ਦਾ ਹੈ। ਅੱਛਾ ਜੀ, ਇਸੇ ਝਗੜਾ ਹੈ ਤੇ ਇਹ ਗਾਲੀ ਗਲੋਚ ਸਾਰਿਆਂ ਨੂੰ ਕਰਦੇ ਆ? ਸਾਰਿਆਂ ਨੂੰ, ਸਭ ਨੂੰ ਗਾਲੀ ਵਗਿਆ ਨੂੰ ਜਿਹੜਾ ਕੋਈ ਮਤਲਬ ਚੂੜੇ ਤੋਂ ਉਹ ਚੱਲਦੇ ਸਲਾਹ ਹੁੰਦੇ ਨੇ। ਅੱਛਾ ਜੀ, ਸਾਰਾ ਟੱਬਰ ਹੀ ਤੇ ਹੋਰ ਜਿਹੜੇ ਆ ਕੋਈ ਆਂਡ ਗਵਾਂਡ ਦੇ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਕਿ ਤੁਹਾਨੂੰ ਹੀ? ਕਈ ਵਾਰੇ ਕਰਦਾ ਕਿ ਉਹਨਾਂ ਨਾਲ ਨਹੀਂ ਤੇ ਸਾਡੇ ਨਾਲ ਬਹੁਤ ਜ਼ਿਆਦਾ ਝਗੜਾ ਹੁੰਦਾ ਤੇ ਜਗ੍ਹਾ ਦਾ ਝਗੜਾ ਸਾਰਾ। ਹਾਂ ਜੀ। ਅੱਛਾ ਜੀ, ਤੇ ਕਹਿੰਦਾ ਜਗ੍ਹਾ ਜਿਹੜੀ ਆ ਜਾਂ ਤਾਂ ਤੁਸੀਂ ਛੱਡ ਦਿਓ ਅਤੇ ਜਾਂ ਪਿੰਡ ਛੱਡ ਦਿਓ। ਫਿਰ ਇਹੋ ਕੁਝ ਜਿਹੜੇ ਅੱਗੇ ਦੋ ਚੋਰ ਮਾਝੇ ਸੁਣ ਵਾਲੀ ਛੋਟੀ ਤੇ ਉਹ ਵੀ ਸਾਡੀ ਰਾਤ ਖੁੱਲ ਗਈ ਤੇ ਰੱਸੀ ਨਾਲ ਕਿੱਲੇ ਤੋਂ ਵੱਡੀ। ਅੱਛਾ ਜੀ, ਤੇ ਇਹੋ ਜਿਹੀ ਵੀ ਨਾ ਸੀ ਗਾਈ ਸੁਣ ਵਾਲੀ, ਉਹ ਵੀ ਕੱਢ ਕੇ ਜਿਹੜੀ ਨੱਥ ਇੱਥੇ ਫਸੀ ਸੀ ਤੇ ਮੈਂ ਉੱਠੀ ਇਸ ਘਰ 'ਚੋਂ, ਮੈਨੂੰ ਕਿੱਲੇ ਤਾਂ ਡੰਗਰੀ ਦਿਸੇ, ਮੈਂ ਉੱਠ ਪੋਤਰੇ ਨੂੰ ਆਵਾਜ਼ਾਂ ਮਾਰਾਂ, ਉੱਠ 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 ਨਾ ਛੇਤੀ ਕਰ, ਡੰਗਰ ਕਿੱਲੇ ਤੇ ਹੈ ਨਹੀਂ ਕੋਈ, ਇੱਦਾਂ ਵੀ ਮੇਰਾ ਦੇਰ ਦਾ ਕਾਕਾ ਵਾ। ਹੁਣ ਮੇਰਾ ਹੀ ਸਮਝੇ ਤਿੰਨੇ ਚਾਰੇ ਜਣੇ ਮੋਟਰਸਾਈਕਲ ਅੱਗੇ ਛਰਕਾਂ ਦੌੜਨ, ਅਸੀਂ ਤਾਂ ਡੀ ਪੋਤਰੀ ਅਸੀਂ ਗਲੀਆਂ ਦੇ ਵਿੱਚ ਸਾਰਾ ਪਿੰਡ ਫਿਰ ਛੜਿਆ, ਸਾਨੂੰ ਕਿਤੇ ਡੰਗ ਨਾ ਲੱਭਣ। ਫਿਰ ਰੱਬ ਦਾ ਸ਼ੁਕਰ ਅਸੀਂ ਭੱਜੇ ਨੱਸੇ ਰਾਤ ਦੇ 1-2 ਵਜੇ ਅਤੇ ਪਰਮਾਤਮਾ ਨੇ ਉੱਧਰੋਂ ਅਤੁਰੀਆਂ ਆਉਣ, ਸਾਨੂੰ ਨਹੀਂ ਪਤਾ ਵੀ ਕਿਹੜੇ ਬੰਨੇ ਆਉਣੀਆਂ ਸਾਡੇ ਕਿੱਲੇ ਦੇ ਮੁੰਡੇ ਡੇ ਨੇ ਫੜ ਲਿਆਉਂਦੀਆਂ। ਮੈਂ ਆਖਾਂ ਬਾਬੂ ਇਹ ਸਾਹ ਨਹੀਂ ਨਿਕਲਦਾ ਕੀ ਗੱਲ ਆ, ਅਤੇ ਆਉਂਦਾ ਵੀ ਕੋਈ ਨਹੀਂ ਉਹਨਾਂ ਚਾਰ ਕਿੰਨੀ ਲੱਖ ਜੋ ਗੰਢ ਜਿਹੜੀ ਹੁੰਦੀ ਆ, ਫਿਰ ਗਾਈ ਸੋਣ ਵਾਲੀ ਸਜਰੀ ਸਾਡੇ ਦੋਤਨ ਵਾਲੀਆਂ ਜੇ ਡੰਗਰ ਹੋਏ ਨੇ, ਇੱਕ ਮੌਜ ਵੀ ਨਹੀਂ, ਅਸੀਂ ਅੱਗੇ ਨਹੀਂ ਹਨ ਆਏ ਦਾ ਲਈਏ, ਪਰ ਕਿਉਂ ਅਤੇ ਕੀ ਤਰ੍ਹਾਂ ਰਸਤੇ 'ਚ ਕਿਹਨੇ ਖੋਲਦੀ ਆ ਹੁਣ, ਫਿਰ ਹਾਰ ਕੇ ਅੱਗ ਕਹੀ ਅੱਜ ਨਾਲ ਹੈ। ਚਲੋ ਕੋਈ ਗੱਲ ਨਹੀਂ ਜੀ, ਵੇਖੋ ਤੁਹਾਨੂੰ ਇਹਦਾ ਖਤਰਾ ਵਾ, ਤੁਹਾਨੂੰ ਸ਼ਬਦਾਵਲੀ ਗਲਤ ਵਰਤਦਾ ਵਾ, ਉਹ ਕੋਈ ਗੱਲ ਨਹੀਂ, ਉਹ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੋਊਗਾ। ਪਰਸ ਰੋਜ਼ 4 ਵਜੇ ਪੁਲਿਸ ਆ ਜਾਂਦੀ, ਉੱਠੀ ਮੈਂ ਕੁੰਡਾ ਖੜਕਾਇਆ ਪੁਲਿਸ ਨੇ, ਮੈਂ ਉੱਠੀ ਇੱਦਾਂ ਮੇਰੇ ਸਿਰ ਤੋਂ ਲੀੜਾ ਲੱਥਾ ਹੋਈ, ਮੈਨੂੰ ਕਹਿੰਦੇ ਮਾਤਾ ਬੂਆ ਕੋਲ, ਮੈਂ ਅਜੇ ਉੱਠੀ ਹਾਂ, ਮੈਂ ਨਹੀਂ ਨੰਗੇ ਸਿਰ ਬਾਹਰ ਨਿਕਲਣੀ, ਮਾਪੇ ਸਿਰ ਤੋਂ ਲੀੜਾ ਲਿਆ ਕੇ ਬਾਹਰ ਨਿਕਲਣਾ, ਚਰਚ ਜਾਂਦੇ ਘਰ ਚਰਚ ਲਈ, ਮੈਂ ਗਲਤ ਨਹੀਂ ਬੋਲਣਾ। ਠੀਕ ਹੈ, ਮੈਂ ਹੌਸਲਾ ਕਰੋ, ਮੈਂ ਉੱਠ ਕੇ ਆ ਗਈ ਹਾਂ, ਬੂਆ ਖੋਲ ਦੇਣੀ, ਬੂਆ ਖੋਲਿਆ ਅਤੇ ਇਹ ਆਪਣੇ ਉਹਨੇ ਧਾਰਾਂ ਕੱਢਣ ਗਿਆ ਜਿੱਥੇ ਕੰਮ ਕਰਦਾ ਸੀ, ਕਹਿੰਦਾ ਕਿੱਥੇ ਗਏ ਆ, ਬੂਹੇ ਖੁੱਲ੍ਹੇ ਸੀ, ਝਾਟੀਆਂ ਝੂਟੀਆਂ ਮਾਰ ਕੇ ਖੋਲ ਖੋਲ ਕੇ ਕਿੱਥੇ ਗਿਆ, ਨਿਆਣੇ ਮੇਰੇ ਜਿਹੜੇ ਉਹ ਬੱਚੇ ਮੇਰੇ ਤੇ ਉਹ ਮੇਰੇ ਅਦਾ, ਕੋਈ ਗੱਲ ਨਹੀਂ ਆਈ, ਕਿਹੜੀ ਮਾੜੀ ਗੱਲ ਕਰਨੀ ਆਪਣੇ ਭੈਣ ਭਰਾਵਾਂ ਤੇ ਮੈਂ ਇੱਥੇ ਆਵਾਂ ਤਲਾਸ਼ੀ ਕਰਾਂ। ਤਲਾਸ਼ੀ ਚ ਕੀ ਲੱਭਦੇ ਹੋ, ਸ਼ਰਾਬ ਸ਼ਰੂਬ ਲੱਭਦੇ ਕਿ ਜਾਂ ਹੋਰ ਕੁਝ? ਅੱਛਾ ਤੇ ਭੈਣ ਜੀ, ਜਿਹੜਾ ਇਹਨਾਂ ਦਾ ਝਗੜਾ ਵਾ ਆਪਣਾ ਚੱਲਣ ਡਿਆ ਜਗ੍ਹਾ ਦਾ, ਉਹ ਝਗੜਾ ਤੁਸੀਂ ਦੱਸੋ ਵੀ ਕਿੱਦਾਂ ਇਹਨਾਂ ਦਾ ਝਗੜਾ ਜਗ੍ਹਾ ਤੇ ਇਹਨਾਂ ਦੀ, ਤੇ ਉਹ ਕੋ ਪਰੇਸ਼ਾਨ ਕਰ ਰਹੇ ਨੇ ਤੋੜ ਜਗ ਡਿਊਟੀ ਰੋਡ ਤੇ ਚੜਦਾ ਸੀ, ਇਹਨਾਂ ਨੇ ਕਮੀ ਚੱਲ ਗਏ, ਮੈਂ ਤੁਹਾਨੂੰ ਅੱਗੇ ਦੱਸਿਆ ਤੇ ਇਹਨਾਂ ਨੇ ਮਗਰੋਂ ਕਿਹਾ ਕਿ ਉਹ ਕੰਮ 'ਚ ਚੱਲ ਗਿਆ, ਹੁਣ ਇਹ ਕੀ ਆ, ਇਹਨਾਂ ਨੇ ਵੜ ਲਿਆ। ਚਲੋ ਕੋਈ ਗੱਲ। ਅੱਛਾ ਤੇ ਜਦੋਂ ਇਹ ਗਾਲੀ ਗਲੋਚ ਕਰਦੇ ਤੁਹਾਨੂੰ ਪਤਾ ਹੈ ਜਦੋਂ ਗਾਲੀ ਗਲੋਚ ਕਰਦੇ ਆ? ਲੋਕਾਂ ਨੂੰ ਪਤਾ ਹੈ। ਹਾਂਜੀ, ਸਾਰੀ ਦੁਨੀਆ ਨੂੰ ਪਤਾ ਹੈ, ਲੜਾਈਆਂ ਝਗੜੇ ਹੁੰਦੇ ਉਦੋਂ ਪਤਾ ਲੱਗਦਾ, ਸਾਰੇ ਪਤਾ ਨੂੰ ਲੱਗਦਾ, ਸਾਰੇ ਪਿੰਡ ਨੂੰ ਪਤਾ ਲੱਗਦਾ, ਸਭ ਨੂੰ ਪਤਾ ਲੱਗਦਾ। ਅੱਛਾ ਜੀ, ਭੈਣ ਜੀ ਤੁਸੀਂ ਦੱਸੋਗੇ ਵੀ ਜਦੋਂ ਇਹ ਗਾਲੀ ਗਲੋਚ ਕਰਦੇ ਆ ਉਦੋਂ ਤੁਹਾਡੇ ਸਾਹਮਣੇ ਕਰਦੇ? ਸਾਹਮਣੇ ਸਾਰੇ ਲੋਕਾਂ ਨੂੰ ਪਤਾ, ਸਾਰਿਆਂ ਨੂੰ ਪਤਾ ਲੱਗਦਾ ਤੇ ਕੁਝ ਹੋਰ ਗਲਤ ਸ਼ਬਦਾਵਲੀ ਵੀ ਵਰਤਦੇ ਆ? ਗਲਤ ਸ਼ਬਦਾਵਲੀ ਵਰਤਦੇ ਆ, ਜਿੱਦਾਂ ਮੰਨ ਲਓ ਵੀ ਇਹ ਕਿਤਾ ਸਾਨੂੰ ਕੁੱਤੇ ਆ ਕਹਿੰਦੇ ਆ ਜਾਂ ਹੋਰ ਕੋਈ ਚੀਜ਼ਾਂ ਜਨਾਨੀਆਂ ਨੂੰ ਕਹਿੰਦੇ? ਹਾਂਜੀ, ਆਪਾਂ ਆਪਣੇ ਮੂੰਹ ਤੋਂ ਮਹਾਰਾਜ ਘਰ ਜਾ, ਆਪਾਂ ਨਹੀਂ ਕੁੱਤਿਆ ਕਹਿੰਦੇ ਨੇ, ਸ਼ਾਹ ਕਹਿੰਦੇ ਆ। ਠੀਕ ਹੈ ਜੀ, ਸ਼ਾਹ ਇੱਦਾਂ ਨਹੀਂ, ਅਸੀਂ ਸਾਹ ਤੋਂ ਬਗੈਰ ਭਾਤ ਬਗੈਰ ਅਸੀਂ ਨਹੀਂ ਬੋਲਦੇ, ਪਰ ਸਾਡੀ ਮਾੜੀ ਬੋਲਦੇ ਬੱਚੇ ਨੇ, ਸ਼ਾਹ ਕਹਿੰਦੇ ਆ ਵੀ ਸ਼ਾਹ ਜੀ ਮੇਰਾ ਬਣਾ ਦੇ, ਸਭ ਤੋਂ ਦੁਕਾਨ ਤੋਂ ਲੈਂਦੇ ਹਾਂ, ਅਸੀਂ ਦਿਲ 'ਚ ਗੁੱਸਾ ਨਹੀਂ ਰੱਖਦੇ ਤੇ ਫਿਰ ਵੀ ਸਾਡੇ ਗਵਾਂ ਗਵਾਂ ਸੁੱਟਦੇ, ਨਿਆਣੇ ਕਰ ਚੁੱਕ ਕੇ ਮਾਰਦੇ। ਅੱਛਾ ਅੱਛਾ ਜੀ, ਚਲੋ ਕੋਈ ਨਹੀਂ।
ਝਗੜੇ ਦਾ ਕੋਈ ਰੋਪ ਲੱਗਾ ਹੈ ਤੇ ਪੁਲਿਸ ਵੀ ਹੁੰਦੀ ਇਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ ਤੇ ਕੀ ਮਸਲਾ ਸਰ? ਦਿਨ ਮੈਂ ਨਹੀਂ ਆ ਤੇ ਮੋਟਰਾਂ ਦੇ ਚਲਾਉਂਦੇ ਜੱਟਾਂ ਲੋਕਾਂ ਦੀਆਂ ਤੇ 12 ਵਜੇ 1 ਵਜੇ 2 ਵਜੇ ਤੱਕ ਅਸੀਂ ਬਾਹਰ ਰਹਿੰਦਾ ਮੈਂ ਘਰ ਵਿੱਚ ਮੈਂ ਕਦੀ ਨਹੀਂ ਆਇਆ ਕਦੋਂ ਉਹਨਾਂ ਰੋਟੀ ਖਾਣ ਵਾਸਤੇ ਆਉਂਦਾ ਮੈਂ ਤੇ ਮੇਰੇ ਘਰ ਵਿੱਚ ਆਉਂਦਿਆਂ ਨੂੰ ਇਹਨਾਂ ਲੜਾਈ ਝਗੜਾ ਪਾਇਆ ਹੁੰਦਾ ਨੇ ਕਦੇ ਕਹਿੰਦੇ ਵੀ ਤੈਨੂੰ ਮਾਰ ਦੇਣਾ ਮੇਰੇ ਘਰ ਦੇ ਧਮਕੀਆਂ ਦਿੰਦੇ ਹੈ ਹੈ ਹੱਟੀ ਵਾਲਾ ਵੀਰ ਸਿੰਘ ਤੇ ਆਪਣਾ ਮਨਮਰੀਕ ਸਿੰਘ ਜੀ ਬੋਰੀਆਂ ਧੱਪੀਆਂ ਦਿੰਦਾ ਬਾਹਰ ਮੋਟਰਾਂ ਨਾਲ ਜਾਈਏ ਤੇ ਤਾਂ ਵੀ ਮੈਨੂੰ ਡਰ ਆ 24 ਘੰਟੇ ਦਾ 24 ਘੰਟੇ ਦਾ ਮੈਨੂੰ ਖਤਰਾ ਜੀ ਭਾਜੀ ਤੇ ਦੇਖੋ। ਅੱਛਾ ਜੀ ਬੋਲੋ ਬੋਲੋ। ਮੈਂ ਲੰਗੋਵਾਲ 'ਚ ਮਤਲਬ ਆਥਰੀ ਕਰਨ ਵਾਲਾ ਬੰਦਾ ਜਹਾਜ਼ਦਾਰ ਕਰਦਾ ਜੱਟਾਂ ਦੀ ਆਥਰੀ ਕਰਦਾ ਬਿਲਕੁਲ ਬਾਰਾਂ ਤਨੇ ਕੱਲਿਆਂ ਨੇ ਪਹਿਲੇ ਸਮਝਦਾ ਆਪਣੇ ਸਮਝਦਾ ਤੇ ਮੇਰੇ ਕੋਲ ਟਾਈਮ ਨਹੀਂ ਮਿਲਦਾ ਘਰ ਆਉਣ ਵਾਸਤੇ ਰੋਟੀ ਖਾਣ ਵਾਸਤੇ ਨਹੀਂ ਮਿਲਦਾ ਠੀਕ ਤੇ ਮੇਰੇ 'ਤੇ ਫਿਰ ਇਹ ਪ੍ਰੈਸ਼ਰ ਪਾਈ ਜਾਂਦੇ ਇਹ ਵੀ ਮਤਲਬ ਕਈ ਗੱਲਾਂ ਮੇਰੇ 'ਤੇ ਦੋਸ਼ ਲਾਈ ਜਾਂਦੇ ਵਾਰ ਵਾਰ ਦੋਸ਼ ਲਾਈ ਜਾਂਦੇ ਆ ਠੀਕ ਤੁਹਾਡੇ ਇਹਨਾਂ ਕੋਲ ਪੁੱਛਦੇ। ਹਾਂ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਆਪਣਾ ਕੀ ਰਿਸ਼ਤਾ ਇਹਨਾਂ ਦੇ ਨਾਲ? ਇਹ ਮੇਰੇ ਜੇਠ ਲੱਗਦੇ। ਅੱਛਾ ਜੀ ਤੇ ਜਦੋਂ ਕੋਈ ਉਹ ਗਾਲਾਂ ਗਲੋਚ ਕਰਦੇ ਗਲੀ ਦੇ ਅੰਦਰ ਸਾਰਾ ਟੱਬਰ ਕਰਦੇ ਕਿ ਜਾਂ ਇੱਕ ਦੋ ਜਾਣੇ ਕਰਦਾ? ਇੱਕ ਦੋ ਜਾਣੇ ਕਰਦੇ। ਅੱਛਾ ਜਿਹੜੇ ਉਹ ਸਾਰਿਆਂ ਨੂੰ ਕੱਢਦੇ ਗਾਲਾਂ ਕਿ ਇਹਨਾਂ ਨੂੰ ਕੱਢਦੇ? ਸਾਰਿਆਂ ਨੂੰ ਆਪਣੇ ਜਾਤ ਨੂੰ ਲੈ ਕੇ? ਹਾਂਜੀ ਹਾਂਜੀ ਛੋਟੇ ਛੋਟੇ ਬੱਚਿਆਂ ਤੱਕ ਕੋਈ ਬੱਚੇ ਇਦਾਂ ਦੀ ਦੁਕਾਨ ਮੂਹਰੇ ਖੇਡਦੇ ਹੋਣ ਬੱਚਿਆਂ ਨੂੰ ਕਹਿੰਦੇ ਵੀ ਇੱਥੋਂ ਚੱਲ ਜਾਓ ਛੋਟੀ ਲੈ ਕੇ ਛੋਟੀ ਪਾਣੀ ਛੋਟੀ ਲੈ ਕੇ ਮਗਰ ਚੜ ਜਾਂਦੇ ਆ। ਠੀਕ ਹੈ ਛੋਟੀ ਲੈ ਕੇ ਵੀ ਮਗਰ ਚੜਨਾ ਦਬਕਾ ਮਾਰਦਾ ਨਿਆਣਿਆਂ ਨੂੰ ਦੁਕਾਨ ਤੇ ਜਾਓ ਏਦਾਂ ਚੀਜ਼ ਸੁੱਟਣੀ ਗਾੜੀ। ਕੌਣ ਛੋਟੀ ਛੋਟੀ ਮਾਰਦਾ ਜੀ? ਇਹਨਾਂ ਦੇ ਇੱਦਾਂ ਵੀ ਬੱਚਿਆਂ ਨੂੰ ਦਬਕਾ ਮਾਰ ਕੇ ਦੇ ਕਿ ਬੱਚੇ ਦਾ ਡਰ ਕੇ ਦੌੜ ਜਾਂਦੇ। ਛੋਟੀ ਕੌਣ ਲੈ ਕੇ ਫੜ ਕੇ ਕੇ ਇਹੋ ਲੈ ਕੇ ਮਗਰ ਪੈ ਜਾਂਦੇ। ਕੀ ਨਾਮ ਜੀ ਇਹਨਾਂ ਦਾ? ਚਲੋ ਠੀਕ ਹੈ ਇਹ ਸਨ ਆਪਣੇ ਪਿੰਡ ਦੇ ਜਿਹਨਾਂ ਦੇ ਆਪਣਾ ਆਏ ਅਸੀਂ ਉਹਨਾਂ ਦੇ ਵਸਨੀਕ ਪਰਿਵਾਰ ਜਿੰਨਾ ਵੀ ਹੈਗਾ ਵਾ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ। ਕੈਮਰਾਮੈਨ ਬਲਕਾਰ ਸਿੰਘ ਨਾਲ ਸੁਰਜਨ ਸਿੰਘ ਦਾ ਪੰਜਾਬ ਨਿਊਜ਼ ਬਟਾਲਾ।